ਸਾਹੀ ਸ਼ਹਿਰ ਵਿੱਚ ਡੇਂਗੂ ਮਲੇਰੀਆ ਤੇ ਵਾਇਰਲ ਦਾ ਕਹਿਰ ਸ਼ਿਖਰਾਂ ਉੱਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਕੋਲ ਭਾਵੇਂ ਪਟਿਆਲਾ ਜ਼ਿਲ੍ਹੇ ਦੇ 1,500 ਦੇ ਕਰੀਬ ਮਰੀਜ਼ ਰਜਿਸਟਰ ਨੇ, ਪਰ ਅਸਲ ਗਿਣਤੀ 2,500 ਦੇ ਕਰੀਬ ਹੈ। ਸਿਹਤ ਵਿਭਾਗ ਭਾਵੇਂ ਡੇਂਗੂ ਨਾਲ ਸਿਰਫ ਇੱਕ ਮੌਤ ਹੋਣ ਦੀ ਗੱਲ ਆਖ ਰਿਹਾ, ਪਰ ਗੈਰ ਸਰਕਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ ਦਰਜਨ ਤੋਂ ਵੀ ਵੱਧ ਹੈ। ਇਹ ਮੌਤਾਂ ਪਟਿਆਲਾ, ਨਾਭਾ ਅਤੇ ਸਮਾਣਾ ਇਲਾਕੇ ਵਿੱਚ ਹੋਈਆਂ ਨੇ। ਡੇਂਗੂ ਨੂੰ ਰੋਕਣ ਲਈ ਭਾਵੇਂ ਸਰਕਾਰੀ ਪੱਧਰ ਉੱਤੇ ਕੋਸ਼ਿਸ਼ਾਂ ਜਾਰੀ ਨੇ, ਪਰ ਇਹ ਇੰਤਜ਼ਾਮ ਕਾਫ਼ੀ ਨਹੀਂ ਜਾਪ ਰਹੇ ਨੇ।